ਅਸਲਾਮ ਵਾਲੇਕੁਮ ਸਭ ਦੋਸਤਾਂ ਦਾ ਕੀ ਹਾਲ ਚਾਲ ਹੈ? ਸਭ ਹਰੀਅਤ ਨਾਲੋ ਸਾਡੇ ਭਾਈ ਜੀ ਆਰਮੀ ਦੇ ਇੰਨੀ ਮੇਰੇ 11ਵੀਂ ਦੇ ਖਤਮ ਹੁੰਦੇ ਨੇ, ਠੀਕ ਹੈ, ਅਤੇ ਸਾਡੇ ਆਂਢ ਗੁਆਂਢ ਨੂੰ ਮਹੱਲੇਦਾਰ ਨੂੰ ਬਹੁਤ ਪਸੰਦ ਆਉਂਦਾ ਹੈ, ਅਤੇ ਮੈਂ ਕਿਹਾ ਕਿ ਆਪਣੇ ਦੋਸਤਾਂ ਨਾਲ ਸ਼ੇਅਰ ਕਰੀਏ। ਤੂੰ ਸਾਰੀ ਕਿੰਨੀ ਦੇਰ ਤੂੰ ਬਣਾ ਰਿਹਾ ਲਵਾ? 10 ਸਾਲ ਹੋ ਗਏ ਬਣਾਉਂਦਾ 11ਵੀਂ ਸ਼ਰੀਫ ਦਾ ਲੰਗਰ ਬਣਾਈ ਦਾ ਵੇ, ਅਤੇ ਮਹੀਨੇ ਬਾਅਦ ਦਵਾਈ ਦਾ ਖਤਮ। ਅੱਜ ਨਾ ਭਾਈ ਜੀ ਖਤਮ ਦਵਾ ਲਾਂਗੇ ਸਾਨੂੰ 11ਵੀਂ ਦਾ, ਅਤੇ ਮੈਂ ਕਿਹਾ ਯੂਟਿਊਬ ਫੈਮਿਲੀ ਨੂੰ ਆਪਣੇ ਨੂੰ ਸ਼ੇਅਰ ਕਰੀਏ। ਮਾਸ਼ਾਅੱਲਾ ਬਹੁਤ ਮਜ਼ੇਦਾਰ ਹਲਵਾ ਬਣਾਉਂਦੇ ਨੇ। ਉਸਤਾਦ ਜੀ ਸ਼ੁਰੂ ਕਰੋ, ਬਿਸਮਿਲ੍ਲਾਹ ਦੀ ਪੜ੍ਹ ਕੇ। ਬਿਸਮਿਲ੍ਲਾਹ ਰਹਿਮਾਨ ਰਹੀਮ। ਬਿਸਮਿਲ੍ਲਾਹ ਰਹਿਮਾਨ ਰਹੀਮ। 4 ਕਿਲੋ ਪਾਣੀ ਲਿਆਵੇ ਜੀ, 4 ਕਿਲੋ ਪਾਣੀ, 2 ਕਿਲੋ ਚੀਨੀ ਪਾਣੀ ਹੈ। ਥੋੜੀ ਸੌਂਫ ਹੈ, ਥੋੜੀ ਇਲਾਚੀ। ਲਓ ਜੀ ਦੋਸਤੋ, ਚੈੱਕ ਕਰ ਸਕਦੇ ਹੋ, ਹਲਵਾ ਬਣਾ ਲੱਗਿਆ ਤਾਂ ਅਚਾਨਕ ਬਾਰਿਸ਼ ਲੱਗ ਗਈ ਹੈ। ਆਹ ਚੈੱਕ ਕਰੋ ਜ਼ਰਾ, ਬਹੁਤ ਅੱਛਾ ਵਿਊਜ਼ ਆ ਰਿਹਾ, ਅਤੇ ਇੰਜੋਏ ਕਰਨ ਵਾਲਾ ਮੌਸਮ ਬਣ ਗਿਆ। ਗਰਮੀ ਸੀ ਬਹੁਤ ਜ਼ਿਆਦਾ, ਲੇਕਿਨ ਹੁਣ ਮਾਸ਼ਾਅੱਲਾ ਮੌਸਮ ਠੀਕ ਹੋ ਗਿਆ। ਐਨ ਅਜੇ ਵੀ ਡਿੱਗਣ ਲੱਗੀ ਐਨ, ਆਹ ਚੈੱਕ ਕਰ ਸਕਦੇ ਹੋ, ਹੈ ਐਨ ਡਿੱਗਦੀ ਹੈ ਵੀ ਅਜੇ ਵੀ। ਆਹ ਜ਼ਮੀਨਾਂ ਬਾਹਰ ਚੈੱਕ ਕਰੋ ਜ਼ਰਾ, ਬਾਰਿਸ਼ ਬਹੁਤ ਜ਼ਿਆਦਾ ਤੇਜ਼ ਲੱਗੀ ਹੈ। ਹਾਂਜੀ ਸਾਜੀ, ਕਿੰਨਾ ਟਾਈਮ ਦੇ? ਆਹ ਚੀਨੀ ਖੁਰ ਗਈ ਹੈ। ਅੱਛਾ, ਹੁਣ ਆ ਬਾਲਾ ਆਉਣ ਤੱਕ ਇੰਤਜ਼ਾਰ ਕਰਨਾ ਦਾ। ਠੀਕ ਹੋ ਗਿਆ। ਹਾਂਜੀ ਭਾਜ ਲੱਗੇ ਹੋ ਕੰਮ? ਲੱਗੇ ਜੀ ਕੰਮ। ਠੀਕ ਹੋ ਗਿਆ, ਤੇ ਗਏ ਸੋ ਕਰਤਾਰਪੁਰ ਤੇ ਮਜ਼ਾ ਆਇਆ ਜੀ? ਮਾਸ਼ਾਅੱਲਾ ਬਹੁਤ ਜ਼ਿਆਦਾ ਮਜ਼ਾ ਆਇਆ ਵੇ, ਠੀਕ ਹੈ ਜੀ। ਈਦ ਤੇ ਦੂਸਰੇ ਦਿਨ ਗਏ ਆ, ਬਹੁਤ ਜ਼ਿਆਦਾ ਰਸ਼ ਸੀ। ਅੱਛਾ, ਤੇ ਉੱਥੇ ਨਾ ਮੈਨੂੰ ਕਾਫੀ ਦੋਸਤਾਂ ਨੇ ਕਮੈਂਟ ਕੀਤਾ ਵੇ ਕਿ ਤੁਸੀਂ ਨਾ ਸਾਨੂੰ ਮਾਰਕੀਟ ਦੀ ਵੀਡੀਓ ਸੈਂਡ ਨਹੀਂ ਕੀਤੀ ਹੈ, ਤੇ ਇੰਨਾ ਕੁ ਜ਼ਿਆਦਾ ਰਸ਼ ਸੀ ਕਿ ਸਾਨੂੰ ਉੱਥੇ ਆਪਣੀ ਸਮੇਂ ਨਹੀਂ ਸੀ ਪੈਂਦੀ ਨਾ। ਅੱਛਾ ਜੀ, ਤੇ ਬਾਕੀ ਰਸ਼ ਤੇ ਬਹੁਤ ਜ਼ਿਆਦਾ ਸੀ, ਲੇਕਿਨ ਇਨਸ਼ਾਅੱਲਾ ਹੁਣ ਨੈਕਸਟ ਟਾਈਮ ਜਾਵਾਂਗੇ ਨਾ, ਤੇ ਜ਼ਰੂਰ ਅੱਲਾਹ ਹਰ ਕਰੇ ਜ਼ਰੂਰ ਬਣਾ ਦੇ ਵੀਡੀਓ ਨਾ, ਇਨਸ਼ਾਅੱਲਾ ਮਾਰਕੀਟ ਦੀ ਜ਼ਰੂਰ ਵੀਡੀਓ ਬਣਾ ਕੇ ਤੇ ਸ਼ੇਅਰ ਕਰਾਂਗੇ। ਅੱਛਾ ਜੀ, ਆ ਪਾਣੀ ਤਿਆਰ ਹੋ ਗਿਆ ਵੀ? ਚਾਹ ਤਿਆਰ ਹੋ ਗਈ ਹੈ। ਚਾਹ ਤਿਆਰ ਹੋ ਗਈ, ਉਹਨਾਂ ਨੂੰ ਜਿਹੜਾ ਨਾ ਥੋੜੇ ਲਾ ਲੈਣਾ ਪਾ ਲੈਣੇ। ਲਾੜੀ ਬੰਦੇ ਨੇ ਨੀ ਕੱਟੀ, ਦੋਸਤੋ ਚੈੱਕ ਕਰੋ, ਬਹੁਤ ਜ਼ਿਆਦਾ ਐਨ ਡਿੱਗਦੀ ਹੈ ਵੀ। ਹਾਂ ਬਹੁਤ ਜ਼ਿਆਦਾ ਐਨ, ਦੇਖੋ ਜ਼ਰਾ ਹਰ ਸ਼ੈ ਵਾਈਟ ਹੀ ਵਾਈਟ ਹੋਣ ਲੱਗੀ ਹੈ। ਇੱਧਰ ਵੀ ਚੈੱਕ ਕਰੋ, ਇੱਧਰ ਵੀ ਚੈੱਕ ਕਰੋ, ਸਾਹਮਣੇ ਆ ਦੇਖੋ ਜ਼ਰਾ। ਹਨੇਰੀ ਤੂਫਾਨ ਕੋਈ ਹਾਲ ਨਹੀਂ। ਚੈੱਕ ਕਰੋ ਦੋਸਤੋ, ਅੱਜ ਤੇ ਅੱਧੀ ਮੁੱਕ ਗਈ ਹੈ, ਹਨੇਰੀ ਤੂਫਾਨ ਬਹੁਤ ਜ਼ਿਆਦਾ ਹੈ। ਇਹ ਕਿਲੋ ਘਿਓ ਵੇ,
ਕਿਲੋ ਸੂਜੀ ਪਾਣੀ ਵਿੱਚ ਹਲੇ ਅੱਛਾ ਉਹਨੂੰ ਸਹੀ ਤਰ੍ਹਾਂ ਭੁੰਨ ਕੇ ਫਿਰ ਜਿਹੜਾ ਇਹਨਾਂ ਦਾ ਸੂਜੀ ਸਹੀ ਤਰ੍ਹਾਂ ਛਾਣ ਕੇ ਰੱਖ ਲਿਆ ਜੀ ਕਿਉਂਕਿ ਉਹਦੇ ਵਿੱਚ ਸੁੰਡੀਆਂ ਹੁੰਦੀਆਂ ਜਿਹੀਆਂ ਸੁਸਰੀ ਸੁਸਰੀ ਜਿਹੜੀ ਫਾਲਤੂ ਚੀਜ਼ ਹੋ ਜਾਵੇ ਨਿਕਲ ਜਾਂਦੀ ਬਸ ਘਿਓ ਗਰਮ ਹੋ ਗਿਆ ਆ ਕਿਲੋ ਸੂਜੀ ਇਹਦੇ ਵਿੱਚ ਪਾਣੀ ਹੈ ਅੱਛਾ ਤੇ ਸਤਾ ਜੀ ਕਰਤਾਰਪੁਰ ਨਹੀਂ ਸੋ ਗਏ ਆ ਕਰਤਾਰਪੁਰ ਜਾਣਾ ਸੀ ਸਰ ਜਿਹੜਾ ਇਹਨਾਂ ਦਾ ਘਰ ਕੰਮ ਸੀ ਅੱਛਾ ਇਸ ਵੇਲੇ ਤੋਂ ਨਹੀਂ ਜਾਣਾ ਅਗਲੀ ਵਾਰ ਇਨਸ਼ਾਅੱਲਾ ਜਾਵਾਂਗੇ ਚਲੋ ਲਹਿਰ ਕਰੇ ਤੇ ਬਾਕੀ ਅਸੀਂ ਵੀ ਕਰਤਾਰਪੁਰ ਗਏ ਆ ਤੇ ਮਾਸ਼ਾਅੱਲਾ ਮਜ਼ਾ ਤੇ ਬਹੁਤ ਜ਼ਿਆਦਾ ਆਇਆ ਵੇ ਆ ਭਾਈ ਜਿਹੜੇ ਲੱਗੇ ਤੇ ਗਰੀ ਕੱਟਣ ਆਈਏ ਵੇ ਹਲੋ ਗਰੀ ਨਹੀਂ ਭਾਈ ਜਿਹੜੀ ਕੱਟੀ ਗਈ ਹੈ ਤੇ ਮਜ਼ਾ ਮਾਸ਼ਾਅੱਲਾ ਬਹੁਤ ਜ਼ਿਆਦਾ ਆਇਆ ਤੇ ਉਹਨਾਂ ਮੰਗੇ ਸਾਨੂੰ ਵੱਡਿਆਂ ਦੇ ਆਈਡੀ ਕਾਰਡ ਤੇ ਬੱਚਿਆਂ ਦੇ ਬੇ ਫਾਰਮ ਉਹ ਸਾਨੂੰ ਜ਼ਰਾ ਮੁਸ਼ਕਲ ਤੇ ਬਣੀ ਸੀ ਲੇਕਿਨ ਮਾਸ਼ਾਅੱਲਾ ਮਜ਼ਾ ਆਇਆ ਵੇ ਫਿਰ ਘਰ ਫੋਨ ਕੀਤਾ ਸਾ ਘਰ ਫੋਨ ਕਰਕੇ ਤਸਵੀਰਾਂ ਖਿਚਾ ਕੇ ਨਾ ਬੇ ਫਾਰਮ ਦੀਆਂ ਤਸਵੀਰਾਂ ਮੰਗਵਾਈਆਂ ਉਹਨਾਂ ਨੂੰ ਵਿਖਾਏ ਨੇ ਫਿਰ ਜਾ ਕੇ ਸਾਡੀ ਉਹਨਾਂ ਐਂਟਰੀ ਕਰਵਾਈਏ ਵੈਸੇ ਮਾਸ਼ਾਅੱਲਾ ਬਹੁਤ ਜ਼ਿਆਦਾ ਮਜ਼ਾ ਆਇਆ ਇਨਸ਼ਾਅੱਲਾ ਅੱਲਾਹ ਤਾਲਾ ਤੁਹਾਨੂੰ ਮੌਕਾ ਦੇ ਤੇ ਜ਼ਰੂਰ ਵਿਜ਼ਿਟ ਕਰਿਓ ਬਹੁਤ ਮਜ਼ਾ ਆਏਗਾ ਲਓ ਜੀ ਆ ਨਾ ਸੂਜੀ ਭੁੱਜ ਗਈ ਉਹ ਬੜਾ ਸੋਹਣਾ ਕਲਰ ਆ ਗਿਆ ਐਂਸਰ ਸੂਜੀ ਹੋਣੀ ਚਾਹੀਦੀ ਅੱਛਾ ਜੀ ਹੁਣ ਚੁੱਲ੍ਹਾ ਮੱਠਾ ਕਰਕੇ ਨਾ ਪਾਣੀ ਪਾਉਣਾ ਵੀ ਗਰਮ ਚਲੋ ਸਾਹ ਜੀ ਪਲੇਟ ਤਾਂ ਜੀ ਲਓ ਜੀ ਤਿਆਰ ਹੋ ਰਿਹਾ ਜੇ ਸੂਜੀ ਗਰਮ ਬਹੁਤ ਜ਼ਿਆਦਾ ਬਣਾ ਲੋ ਜੀ ਆ ਭਾਈ ਜਿਹੜੀ ਮਸਾ ਹੀ ਫਾਰਗ ਹੋਏ ਜੇ ਗਰੀ ਕੱਟ ਕੇ ਐ ਵੇਖ ਸਕਦੇ ਜੀ ਠੀਕ ਹੈ ਜੀ ਐ ਘੰਟਾ ਹੋ ਗਿਆ ਲੱਗੇ ਜੀ ਕੱਟਣ ਤੇ ਆਉਣਾ ਵੇਖੋ ਥੋੜੀ ਜੀ ਗਰੀ ਕੱਟੀ ਜੇ ਪਾ ਦਾ ਆ ਜੀ ਭਾਜੀ ਕਿੰਨਾ ਕੰਮ ਰਹਿ ਗਿਆ ਤੁਹਾਡਾ ਹੋਰ ਬਾਅਦ 10 ਮਿੰਟ ਦਾ ਕੰਮ ਰਹਿ ਗਿਆ ਵੇ ਅੱਛਾ ਜੀ ਹਾਂ ਬismillah ਕਰ ਗਰੀ ਪਾਵਾਂਗੇ ਮੈਂ ਚਾਹ ਮਾਸ਼ਾਅੱਲਾ ਜੀ ਬਹੁਤ ਮਜ਼ੇਦਾਰ ਭਾਜੀ ਬਣਾਉਂਦੇ ਨੇ ਯਾਰਵੀਂ ਠੀਕ ਹੈ ਜੀ ਤੇ ਮਜ਼ਾ ਸਾਨੂੰ ਮਾਸ਼ਾਅੱਲਾ ਬੜਾ ਜ਼ਿਆਦਾ ਆਉਂਦਾ ਅਤੇ ਸਾਡੇ ਮੁਹੱਲੇ ਦੇ ਬੱਚੇ ਜਿਹੜੇ ਨਾ ਉਹ ਆ ਕੇ ਬਹਿ ਵੀ ਗਏ ਨੇ ਉਹਨਾਂ ਨੂੰ ਰਹਿ ਚ ਬਹੁਤ ਆ ਗਈ ਹੈ ਤੇ ਜੇ ਕਿਸੇ ਦੋਸਤ ਭਾਈ ਨੇ ਯਾਰਵੀ ਲੈਣੀ ਹੈ ਤੇ ਆ ਕੇ ਲੈ ਸਕਦੇ ਹੋ ਠੀਕ ਹੋ ਗਿਆ ਜੀ ਕੋਈ ਮੁਸ਼ਕਲ ਨਹੀਂ ਹੈ ਅੱਛਾ ਜੀ ਯਾਰਵੀ ਸਾਡੇ ਵੀ ਕੋਈ ਤਿਆਰ ਹੋ ਗਈ ਹੈ ਔਰ ਸਾਡੇ ਬਾਹਰ ਰਸ਼ ਪੈ ਗਿਆ ਯਾਰਵੀ ਲੈਣ ਵਾਲਿਆਂ ਦਾ ਥੋੜਾ ਚੈੱਕ ਕਰ ਸਕਦੇ ਹੋ ਬਾਰਿਸ਼ ਬਹੁਤ ਜ਼ਿਆਦਾ ਐਨ ਬੜੀ ਸਾਡੇ ਪਈ ਹੈ ਇੱਥੇ ਨਾ ਚੈੱਕ ਕਰ ਸਕਦੇ ਹੋ ਮੱਝਾਂ ਬੰਨਣ ਲੱਗੇ ਸਾ ਵੀ ਉਹ ਢਾਰੇ ਦੇ ਥੱਲੇ ਨਾ ਮੱਝਾਂ ਬੰਨੀਆਂ ਨੇ ਐਨ ਬਹੁਤ ਜ਼ਿਆਦਾ ਡਿੱਗਦੀ ਸੀ ਵੀ
ਚੈੱਕ ਕਰ ਸਕਦੇ ਹੋ ਜੀ। ਮਾਸ਼ਾਅੱਲਾ ਹਲਵਾ ਤਿਆਰ ਹੋ ਗਿਆ, ਵੇਖੋ ਬੜਾ ਸੋਹਣਾ ਤਿਆਰ ਹੋਇਆ, ਯਾਰਵੀਂ ਸ਼ਰੀਫ ਦਾ ਲੰਗਰ ਤਿਆਰ ਹੋ ਗਿਆ ਵੇ। ਅੱਛਾ ਜੀ, ਬਸ ਹੁਣ ਨਾ ਦਮ ਤੇ ਨਹੀਂ ਦੇਣਾ, ਨਹੀਂ ਬਸ 5 ਮਿੰਟ ਵਾਸਤੇ ਦਮ ਦੇਣਾ ਮੈਂ। ਠੀਕ ਹੋ ਗਿਆ ਜੀ, ਬਸ ਚੁੱਲ੍ਹਾ ਬੰਦ ਕਰ ਦਿਓ ਬਸ। ਹਲਵਾ ਤੁਹਾਡਾ ਤਿਆਰ ਹੋ ਗਿਆ, ਤੁਹਾਨੂੰ ਮੁਰਗੀ ਦੇ ਬੱਚੇ ਵਿਖਾਈਏ। ਲਓ ਜੀ ਬਾਈ, ਇਹ ਵੱਡਾ ਮੁਰਗਾ ਜੇ, ਠੀਕ ਹੈ ਜੀ। ਇਹਦੇ 10 ਅੰਡੇ ਰੱਖੇ ਸਾ ਜੇ, ਤੇ ਉਹਦੇ ਚੋਂ ਨਾ 5 ਬੱਚੇ ਨਿਕਲੇ ਜੇ, ਇਹ ਤੁਸੀਂ ਚੈੱਕ ਕਰ ਸਕਦੇ ਹੋ। ਠੀਕ ਹੈ ਜੀ, ਸੀਲ ਸਾਰੇ ਬੱਚੇ ਜੀ, ਸੀਲ ਜੇ ਬੱਚੇ ਨੇ, ਤੇ ਇੱਕ ਇਹ ਮੁਰਗੀ ਜੇ, ਇੱਕ ਇਹ ਮੁਰਗੀ ਜੇ, ਤੇ ਇਹਨੇ ਵੀ ਅੱਜ ਅੰਡਾ ਵੀ ਦਿੱਤਾ, ਇਹਨੇ ਵੀ ਅੱਜ ਅੰਡਾ। ਲਓ ਜੀ, ਅੱਬੂ ਦੀ ਖਤਮ ਦੁਆ ਲੱਗੇ ਜੀ, ਠੀਕ ਹੈ ਜੀ, ਤੇ ਬੱਚੇ ਬਾਹਰ ਸੋੜੇ ਪਏ ਨੇ ਹਲਵੇ ਵਾਸਤੇ, ਮੈਂ ਕਿਹਾ ਖਤਮ ਦੁਆ ਦਿਓ ਜ਼ਰਾ। ਠੀਕ ਹੈ ਜੀ, ਹਾਂਜੀ ਅੱਬੂ ਜੀ, ਹਲਵਾ ਸਹੀ ਬਣਿਆ, ਮਜ਼ਾ ਆਇਆ ਜੀ, ਵਧੀਆ। ਲਓ ਜੀ, ਮਾਸ਼ਾਅੱਲਾ, ਅੱਬਰਾ ਬਿਸਮਿਲਾ ਕੀਤੀ ਹੈ, ਹੁਣ ਬਾਹਰ ਬੱਚਿਆਂ ਨੂੰ ਵੰਡਣ ਲੱਗੇ ਜਾ। ਮਾਸ਼ਾਅੱਲਾ ਸਾਡਾ ਹਲਵਾ ਰੈਡੀ ਹੋ ਗਿਆ, ਮਾਸ਼ਾਅੱਲਾ ਸ਼ਕਲ ਹੀ ਦੱਸ ਰਹੀ ਹੈ ਬਹੁਤ ਅੱਛੀ ਹੈ। ਠੀਕ ਹੈ ਜੀ, ਤੇ ਅਗਰ ਵੀਡੀਓ ਅੱਛੀ ਲੱਗੇ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕਰਨੀ ਹੈ ਆਪਣੇ। ਇਨਸ਼ਾਅੱਲਾ ਅਸੀਂ ਤੁਹਾਨੂੰ ਅਗਲੀ ਵੀਡੀਓ 'ਤੇ ਮਿਲਾਂਗੇ, ਔਰ ਸਾਨੂੰ ਜ਼ਿਆਦਾ ਲਾਭ ਵੀ। ਓਕੇ ਜੀ।